ਪਹਿਲਾਂ ਤੁਹਾਨੂੰ ਪਤਾ ਹੈ ਵੀ ਕੱਲ AGTF ਪੰਜਾਬ ਦੀ ਟੀਮ ਦਾ ਇੱਕ ਇੱਥੇ ਐਨਕਾਊਂਟਰ ਹੋਇਆ ਸੀ ਬੱਸੀ ਪਠਾਣਾ ਵਿਖੇ, ਜਿਹਦੇ 'ਚ 3 ਕ੍ਰਿਮੀਨਲਸ ਦੀ ਮੌਤ ਹੋ ਗਈ ਸੀ ਐਨਕਾਊਂਟਰ ਦੇ ਵਿੱਚ ਜੀ। ਉਹਨਾਂ ਦਾ ਅੱਜ ਪੋਸਟਮਾਰਟਮ ਜਿਹੜੀ ਉਹਨਾਂ ਦਾ ਪ੍ਰੋਸੈਸ ਚੱਲ ਰਿਹਾ ਸੀ, ਉਹਨਾਂ 'ਚੋਂ 2 ਜਿਹੜੇ ਡਿਜ਼ੀਜ਼ ਸੀ, 2 ਜਿਹੜੇ ਕ੍ਰਿਮੀਨਲ ਸੀ, ਉਹਨਾਂ ਦਾ ਪੋਸਟਮਾਰਟਮ ਕੰਪਲੀਟ ਹੋ ਗਿਆ। ਇੱਕ ਤਾਂ ਤੇਜਿੰਦਰ ਸਿੰਘ ਤੇਜੇ ਦਾ ਅਤੇ ਦੂਸਰਾ ਵਿਜੇ ਸੋਹਤਾ। ਉਹਨਾਂ ਦੋਨਾਂ ਦਾ ਪੋਸਟਮਾਰਟਮ ਕੰਪਲੀਟ ਹੋਣ ਤੋਂ ਬਾਅਦ ਉਹਨਾਂ ਦੀਆਂ ਡੈੱਡ ਬੋਡੀਜ਼ ਉਹਨਾਂ ਦੋਨਾਂ ਦੇ ਪੇਰੈਂਟਸ ਨੂੰ ਉਹਨਾਂ ਦੇ ਅੰਤਮ ਜਿਹੜਾ ਸੰਸਕਾਰ ਹੈ ਉਹਦੇ ਵਾਸਤੇ ਉਹਨਾਂ ਦੇ ਹੈਂਡ ਓਵਰ ਕਰ ਦਿੱਤੀ ਹੈ ਜੀ। ਅਤੇ ਜਿਹੜਾ ਤੀਸਰਾ ਹੈਗਾ ਮ੍ਰਿਤਕ, ਉਹਦੀ ਬੋਡੀ ਦਾ ਪੋਸਟਮਾਰਟਮ ਚੱਲ ਰਿਹਾ। ਕੁਛ ਬੇਸਿਕ ਇਨਫੋਰਮੇਸ਼ਨ ਸ਼ੇਅਰ ਹੋ ਸਕਦੀ ਹੈ ਕਿ ਕੀ ਕਿੰਨੇ ਕੁ ਰਾਊਂਡ ਜਿਹੜੇ ਨੇ ਉਹ ਲੱਗੇ ਨੇ? ਦੇਖੋ, ਜਿਹੜੇ ਰਾਊਂਡਸ ਲੱਗੇ ਜਾਂ ਰਾਊਂਡਸ ਕਿੰਨੇ ਚੱਲੇ ਇਹਦੇ ਰਿਗਾਰਡਿੰਗ ਅਜੇ ਇਨਵੈਸਟੀਗੇਸ਼ਨ ਔਨ ਹੈ। ਜਦ ਤੱਕ ਇਨਵੈਸਟੀਗੇਸ਼ਨ ਦਾ ਪ੍ਰੋਸੈਸ ਚੱਲ ਰਿਹਾ ਉਦੋਂ ਤੱਕ ਇਹਦੇ ਬਾਰੇ ਕੋਈ ਓਪੀਨੀਅਨ ਕੁਛ ਨਹੀਂ ਅਸੀਂ ਡਿਸਕਲੋਜ਼ ਕਰ ਸਕਦੇ। ਇਨਵੈਸਟੀਗੇਸ਼ਨ ਦੇ ਵਿੱਚ ਜੋ ਆਊਗਾ ਫਿਰ ਤੁਹਾਨੂੰ ਟਾਈਮ 'ਤੇ ਅਸੀਂ ਅਪਡੇਟ ਕਰ ਦਿੰਦੇ। ਜਿਸ ਤਰ੍ਹਾਂ ਤੁਹਾਨੂੰ ਪਤਾ ਵੀ ਕੱਲ AGTF ਪੰਜਾਬ ਦੀ ਟੀਮ ਦਾ ਇੱਕ ਇੱਥੇ ਐਨਕਾਊਂਟਰ ਹੋਇਆ ਸੀ ਬੱਸੀ ਪਠਾਣਾ ਵਿਖੇ, ਜਿਹਦੇ 'ਚ 3 ਕ੍ਰਿਮੀਨਲਸ ਦੀ ਮੌਤ ਹੋ ਗਈ ਸੀ ਐਨਕਾਊਂਟਰ ਦੇ ਵਿੱਚ ਜੀ। ਉਹਨਾਂ ਦਾ ਅੱਜ ਪੋਸਟਮਾਰਟਮ ਜਿਹੜੀ ਉਹਨਾਂ ਦਾ ਪ੍ਰੋਸੈਸ ਚੱਲ ਰਿਹਾ ਸੀ, ਉਹਨਾਂ 'ਚੋਂ 2 ਜਿਹੜੇ ਡਿਜ਼ੀਜ਼ ਸੀ, 2 ਜਿਹੜੇ ਕ੍ਰਿਮੀਨਲ ਸੀ, ਉਹਨਾਂ ਦਾ ਪੋਸਟਮਾਰਟਮ ਕੰਪਲੀਟ ਹੋ ਗਿਆ। ਇੱਕ ਤਾਂ ਤੇਜਿੰਦਰ ਸਿੰਘ ਤੇਜੇ ਦਾ ਅਤੇ ਦੂਸਰਾ ਵਿਜੇ ਸੋਹਤਾ ਜੀ। ਉਹਨਾਂ ਦੋਨਾਂ ਦਾ ਪੋਸਟਮਾਰਟਮ ਕੰਪਲੀਟ ਹੋਣ ਤੋਂ ਬਾਅਦ ਉਹਨਾਂ ਦੀਆਂ ਡੈੱਡ ਬੋਡੀਜ਼ ਉਹਨਾਂ ਦੋਨਾਂ ਦੇ ਪੇਰੈਂਟਸ ਨੂੰ ਉਹਨਾਂ ਦੇ ਅੰਤਮ ਜਿਹੜਾ ਸੰਸਕਾਰ ਹੈ ਉਹਦੇ ਵਾਸਤੇ ਉਹਨਾਂ ਦੇ ਹੈਂਡ ਓਵਰ ਕਰ ਦਿੱਤੀ ਹੈ ਜੀ। ਅਤੇ ਜਿਹੜਾ ਤੀਸਰਾ ਹੈਗਾ ਮ੍ਰਿਤਕ, ਉਹਦੀ ਬੋਡੀ ਦਾ ਪੋਸਟਮਾਰਟਮ ਚੱਲ ਰਿਹਾ। ਕੁਛ ਬੇਸਿਕ ਇਨਫੋਰਮੇਸ਼ਨ ਸ਼ੇਅਰ ਹੋ ਸਕਦੀ ਹੈ ਕਿ ਕੀ ਕਿੰਨੇ ਕੁ ਰਾਊਂਡ ਜਿਹੜੇ ਨੇ ਉਹ ਲੱਗੇ ਨੇ? ਦੇਖੋ, ਜਿਹੜੇ ਰਾਊਂਡਸ ਲੱਗੇ ਜਾਂ ਰਾਊਂਡਸ ਕਿੰਨੇ ਚੱਲੇ ਇਹਦੇ ਰਿਗਾਰਡਿੰਗ ਅਜੇ ਇਨਵੈਸਟੀਗੇਸ਼ਨ ਔਨ ਹੈ। ਜਦ ਤੱਕ ਇਨਵੈਸਟੀਗੇਸ਼ਨ ਦਾ ਪ੍ਰੋਸੈਸ ਚੱਲ ਰਿਹਾ ਉਦੋਂ ਤੱਕ ਇਹਦੇ ਬਾਰੇ ਕੋਈ ਓਪੀਨੀਅਨ ਕੁਛ ਨਹੀਂ ਅਸੀਂ ਡਿਸਕਲੋਜ਼ ਕਰ ਸਕਦੇ। ਇਨਵੈਸਟੀਗੇਸ਼ਨ ਦੇ ਵਿੱਚ ਜੋ ਆਊਗਾ ਫਿਰ ਤੁਹਾਨੂੰ ਟਾਈਮ 'ਤੇ ਅਸੀਂ ਅਪਡੇਟ ਕਰ ਦਿੰਦੇ। ਜਿਸ ਤਰ੍ਹਾਂ ਤੁਹਾਨੂੰ ਪਤਾ ਵੀ ਕੱਲ AGTF ਪੰਜਾਬ ਦੀ ਟੀਮ ਦਾ ਇੱਕ ਇੱਥੇ ਐਨਕਾਊਂਟਰ ਹੋਇਆ ਸੀ ਬੱਸੀ ਪਠਾਣਾ ਵਿਖੇ, ਜਿਹਦੇ 'ਚ 3 ਕ੍ਰਿਮੀਨਲਸ ਦੀ ਮੌਤ ਹੋ ਗਈ ਸੀ ਐਨਕਾਊਂਟਰ ਦੇ ਵਿੱਚ ਜੀ। ਉਹਨਾਂ ਦਾ ਅੱਜ ਪੋਸਟਮਾਰਟਮ ਜਿਹੜੀ ਉਹਨਾਂ ਦਾ ਪ੍ਰੋਸੈਸ ਚੱਲ ਰਿਹਾ ਸੀ, ਉਹਨਾਂ 'ਚੋਂ 2 ਜਿਹੜੇ ਡਿਜ਼ੀਜ਼ ਸੀ, 2 ਜਿਹੜੇ ਕ੍ਰਿਮੀਨਲ ਸੀ, ਉਹਨਾਂ ਦਾ ਪੋਸਟਮਾਰਟਮ ਕੰਪਲੀਟ ਹੋ ਗਿਆ। ਇੱਕ ਤਾਂ ਤੇਜਿੰਦਰ ਸਿੰਘ ਤੇਜੇ ਦਾ ਅਤੇ ਦੂਸਰਾ ਵਿਜੇ ਸੋਹਤਾ ਜੀ। ਉਹਨਾਂ ਦੋਨਾਂ ਦਾ ਪੋਸਟਮਾਰਟਮ ਕੰਪਲੀਟ ਹੋਣ ਤੋਂ ਬਾਅਦ ਉਹਨਾਂ ਦੀਆਂ ਡੈੱਡ ਬੋਡੀਜ਼ ਉਹਨਾਂ ਦੋਨਾਂ ਦੇ ਪੇਰੈਂਟਸ ਨੂੰ ਉਹਨਾਂ ਦੇ ਅੰਤਮ ਜਿਹੜਾ ਸੰਸਕਾਰ ਹੈ ਉਹਦੇ ਵਾਸਤੇ ਉਹਨਾਂ ਦੇ ਹੈਂਡ ਓਵਰ ਕਰ ਦਿੱਤੀ ਹੈ ਜੀ। ਅਤੇ ਜਿਹੜਾ ਤੀਸਰਾ ਹੈਗਾ ਮ੍ਰਿਤਕ, ਉਹਦੀ ਬੋਡੀ ਦਾ ਪੋਸਟਮਾਰਟਮ ਚੱਲ ਰਿਹਾ। ਕੁਛ ਬੇਸਿਕ ਇਨਫੋਰਮੇਸ਼ਨ ਸ਼ੇਅਰ ਹੋ ਸਕਦੀ ਹੈ ਕਿ ਕੀ ਕਿੰਨੇ ਕੁ ਰਾਊਂਡ ਜਿਹੜੇ ਨੇ ਉਹ ਲੱਗੇ ਨੇ? ਦੇਖੋ, ਜਿਹੜੇ ਰਾਊਂਡਸ ਲੱਗੇ ਜਾਂ ਰਾਊਂਡਸ ਕਿੰਨੇ ਚੱਲੇ ਇਹਦੇ ਰਿਗਾਰਡਿੰਗ ਅਜੇ ਇਨਵੈਸਟੀਗੇਸ਼ਨ ਔਨ ਹੈ। ਜਦ ਤੱਕ ਇਨਵੈਸਟੀਗੇਸ਼ਨ ਦਾ ਪ੍ਰੋਸੈਸ ਚੱਲ ਰਿਹਾ ਉਦੋਂ ਤੱਕ ਇਹਦੇ ਬਾਰੇ ਕੋਈ ਓਪੀਨੀਅਨ ਕੁਛ ਨਹੀਂ ਅਸੀਂ ਡਿਸਕਲੋਜ਼ ਕਰ ਸਕਦੇ। ਇਨਵੈਸਟੀਗੇਸ਼ਨ ਦੇ ਵਿੱਚ ਜੋ ਆਊਗਾ ਫਿਰ ਤੁਹਾਨੂੰ ਟਾਈਮ 'ਤੇ ਅਸੀਂ ਅਪਡੇਟ ਕਰ ਦਿੰਦੇ।